ਸਪੀਡ ਤੇ ਮਤਲਬ ਮੈਂ ਬਿਲਕੁਲ ਡੈਡ ਹੋ ਗਈ ਕਾਰ ਦੇ ਵਿੱਚ ਨਾ, ਕਾਰ ਆਪਣੇ ਆਪ ਚੱਲੀ ਜਾਂਦੀ ਸੀ ਅੱਛਾ, ਤੇ ਮੈਨੂੰ ਅੰਦਰੋਂ ਦਿਸਦਾ ਸਟਾਰਟ ਆਈ ਤੋਂ ਤਾਂ ਕੋਈ ਮੇਰੀ ਗੱਡੀ ਨੂੰ ਬਚਾ ਰਿਹਾ ਐਕਸੀਡੈਂਟ ਹੋਣ ਤੋਂ ਪਹਿਲਾਂ ਨਾ। ਅੱਛਾ ਅੱਛਾ, ਉਹ ਤੋਂ ਬਾਅਦ ਫਿਰ ਮੇਰੇ ਇੱਕ ਦਿਨ ਮੈਂ ਕਿਚਨ ਚ ਖੜੀ ਸੀ, ਮੇਰੇ ਸਿਰ ਚ ਏਦਾਂ ਐਕਸਪਲੋਜਨ ਹੋਵੇ ਏਦਾਂ ਕਿਸੇ ਨੇ ਹੈਮਰ ਮਾਰੀ ਹੁੰਦੀ ਆ ਇਕਦਮ, ਹਾਂਜੀ ਬ੍ਰੇਨ ਖੁੱਲ ਗਿਆ, ਮਤਲਬ ਮੈਂ ਸਮਝ ਮੇਰੀ ਨਾੜੀ ਫਟੀ ਜਾਂ ਮੈਨੂੰ ਸਟ੍ਰੋਕ ਹੋ ਗਿਆ, ਕਿਉਂਕਿ ਇੱਥੇ ਗੋਰੇ ਹੈ ਕੁਛ ਪਤਾ ਨਹੀਂ, ਨਾਲੇ ਮੈਂ ਘਰ ਚ ਕੱਲੀ ਸੀ, ਬੱਚੇ ਬਾਹਰ ਸੀ, ਮੈਨੂੰ ਪਤਾ ਨਹੀਂ ਸੀ ਮੇਰਾ ਕੀ ਹੋ ਰਿਹਾ। ਉਸ ਤੋਂ ਬਾਅਦ ਨਾਲ ਹੀ ਸਪਾਈਨ ਖੁੱਲਣੇ ਸ਼ੁਰੂ ਹੋ ਗਏ ਹੌਲੀ ਹੌਲੀ, ਅਰਥਕੇਕ ਆਉਂਦੀ ਹੌਲੀ ਹੌਲੀ, ਸ਼ਾਰਟ ਧੱਕੇ ਲੱਗਦੇ ਨਾ। ਹਾਂ ਝਟਕੇ ਉਸ ਵੇਲੇ ਲੱਗੇ ਕਿਉਂਕਿ ਓਪਨ ਹੋ ਰਹੀ ਸੀ। ਅੱਛਾ ਅੱਛਾ ਜੀ, ਹਾਂਜੀ ਜੀ, ਆਪ ਪਹਿਲੇ ਸੁਣੋ। ਉਸਕੇ ਬਾਅਦ ਇਤਨੀ ਹੀਟ ਔਰ ਇਤਨੀ ਵਾਈਬ੍ਰੇਸ਼ਨ ਆਈ ਅੰਦਰ, ਮੈਂ ਆਪਕੋ ਬਤਾ ਨਹੀਂ ਸਕਤੀ। ਇੱਕ ਗੋਰਾ ਥਾ, ਉਸਨੇ ਕਹਾ ਕਿ ਕੁੰਡਲ ਨਹੀਂ ਓਪਨ ਹੋਈ ਹੈ, ਆਪ ਮਰ ਸਕਤੀ ਹੈ ਜਾਂ ਆਪ ਪਾਗਲ ਹੋ ਸਕਤੀ ਹੈ, ਰਾਈਟ। ਪਰ ਮੈਂ ਮੈਡੀਸਨ ਨਹੀਂ ਛੋੜਾ, ਕੁਛ ਨਹੀਂ ਕਰਦੀ ਗਈ। ਉਸਕੇ ਬਾਅਦ ਤਿੰਨ ਮੇਰੇ ਹੱਥ ਜਲਨੇ ਲੱਗੇ, ਇਤਨੀ ਇਲੈਕਟ੍ਰਿਕ ਬਾਡੀ ਬਣ ਗਈ, ਮੇਰੀ ਉਂਗਲੀਆਂ ਜਲ ਜਾਤੀ ਸੀ, ਪਰ ਦੁੱਖ ਨਹੀਂ ਸੀ ਲੱਗਦਾ, ਐਸੇ ਕੋਈ ਕਰੰਟ ਆਤਾ ਹੈ ਨਾ, ਫਟ ਜਾਤੀ ਸੀ ਉਂਗਲੀਆਂ। ਤਿੰਨ ਚਾਰ ਘੰਟੇ ਬਾਅਦ ਇੱਕਦਮ ਉਹਨੇ ਠੀਕ ਹੋ ਜਾਣਾ। ਫਿਰ ਕਿਸੇ ਨੇ ਕਿਹਾ ਕਿ ਹੀਲਿੰਗ ਪਾਵਰ ਆਈ ਹੈ ਤਾਂ ਆਪ ਰਿੱਕੀ ਦਾ ਕੋਰਸ ਕਰ ਲੈ। ਅੱਛਾ, ਮੈਨੇ ਰਿੱਕੀ ਕੀ ਮਾਸਟਰ ਕਰ ਲਈ ਦੋ ਤਿੰਨ ਮਹੀਨੇ ਮੈਂ। ਉਸਕੇ ਬਾਅਦ ਬਾਡੀ ਮੇਰੀ ਇਤਨੀ ਜੋ ਵਾਈਬ੍ਰੇਸ਼ਨ ਸੀ ਨਾ, ਇਤਨੀ ਹਾਈ ਸੀ, ਮੇਰਾ ਫੀਸਲਤਾ ਹੈ ਅੰਦਰ ਸੀ ਨਾ, ਫਿਰ ਐਨਰਜੀ ਜੋ ਸੀ ਉਹ ਅੰਦਰ ਹੀ ਸਾਰੇ ਘੁੰਮ ਰਹੀ ਸੀ, ਬਹੁਤ ਕਈ ਤਰ੍ਹਾਂ ਕੀ ਐਨਰਜੀ। ਇਹ ਐਨਰਜੀ ਇੱਕ ਹੋਤੀ ਹੈ, ਉਸਕੇ ਰੂਪ ਕੇ ਬਦਲ ਜਾਤਾ ਹੈ, ਕਭੀ ਹਾਈ ਹੋਤਾ ਹੈ, ਉੱਪਰ ਜਾ ਰਹੀ, ਨੀਚੇ ਆਏ, ਕਭੀ ਸਪਾਇਰਲ, ਬਹੁਤ ਕੁਛ ਹੁਆ ਰਾਈਟ। ਐਨੀਵੇ ਫਿਰ ਉਹ ਸ਼ਿਵ ਯੋਗ ਵਾਲੇ ਨਾ, ਇੰਡੀਆ ਮੈਂ ਆਪਕੇ ਸ਼ਿਵ ਯੋਗ ਵਾਲੇ ਹੈ ਅਬਦੁਲ ਬਾਬਾ, ਉਹਨਾਂ ਨੇ ਵੈਨਕੂਵਰ ਆਉਣਾ ਥਾ, ਤਾਂ ਕਿਸੇ ਨੇ ਮੁਝੇ ਕਿਹਾ ਤੂੰ ਵਹਾਂ ਜਾਓ, ਉਹ ਐਕਸਪਰਟ ਹੈ ਇਨ ਚੀਜ਼ੋਂ ਕੇ। ਔਰ ਮੈਨੇ ਸ਼ਿਵਰ ਲਿਆ ਔਰ ਉਹਨੇ ਪਤਾ ਲੱਗ ਗਿਆ, ਉਹ ਤਾਂ ਮੇਰੇ ਪਿੱਛੇ ਪੜੇ, ਕਹਿੰਦੇ ਯੂ ਆਰ ਰੈਡੀ ਟੂ ਗੈਟ ਦਾ ਸ਼ਕਤੀਪਾਤ। ਹਾਂਜੀ, ਸ਼ਕਤੀਪਾਤ ਉਹਨੇ ਮੁਝੇ ਦਿਆ, ਇਤਨਾ ਐਨਰਜੀ ਫਲੋ ਹੋ ਗਈ, ਇਸਕੇ ਬਾਅਦ ਮੈਂ ਆਪਕੋ ਬਤਾ ਨਹੀਂ ਸਕਤੀ। ਬਸ ਮੈਂ ਜਬ ਵੀ ਓਮ ਕਹਤੇ ਥੇ ਜਾਂ ਬਾਜ ਕੀ ਮੈਂ ਸੁਣਤੀ ਥੀ, ਉਸੀ ਸਮੇਂ ਮੈਨੂੰ ਜ਼ਮੀਨ ਪਰ ਗਿਰ ਕਰ ਮੇਰੀ ਬਾਡੀ ਨਾ ਇਤਨੀ ਹਲਕੀ ਹੋ ਜਾਤੀ ਸੀ, ਮੈਂ ਜੈਸੇ ਜੈਸੇ ਸਨੇਕ ਘੁੰਮਤਾ ਨਾ ਜ਼ਮੀਨ ਪਰ, ਸਪਾਇਰਲ ਕਰਕੇ ਮੇਰੀ ਬਾਡੀ ਇਸ ਤਰ੍ਹਾਂ ਰੋਲਿੰਗ ਕਰਤੀ ਸੀ ਜ਼ਮੀਨ ਪਰ ਨਾ। ਅੱਛਾ, ਉਹਨਾਂ ਨੇ ਇਤਨੀ ਸ਼ਕਤੀ, ਮੇਰੇ ਸ਼ਕਤੀ ਤਾਂ ਮੇਰੇ ਪਾਸ ਆਲਰੇਡੀ ਓਪਨ ਸੀ, ਉਹਨਾਂ ਨੇ ਔਰ ਵੀ ਦੇ ਦਿੱਤੀ, ਇਤਨੀ ਟੈਂਸ ਸੀ। ਉਸਕੇ ਬਾਅਦ ਬਾਡੀ ਮੇਰੀ ਧੀਰੇ ਧੀਰੇ ਕੂਲ ਡਾਊਨ ਸੀਰੀਅਸ ਹੋ ਗਈ, ਅਭੀ ਵੀ ਹੀਟ ਹੈ ਪਰ ਕਦੀ ਹੋਤੀ ਜਾਂ ਮੈਂ ਰਿਕੀ ਕਰਦੀ ਹੂੰ ਜਾਂ ਮੈਂ ਕੋਈ ਮੇਰਾ ਜ਼ਿਆਦਾ ਤਬ ਹੋਤਾ ਹੈ, ਮਤਲਬ ਬੈਲੈਂਸ ਹੋ ਗਈ ਬਾਡੀ ਮੇਰੀ ਨੂੰ ਉਸਕੇ ਬਾਅਦ। ਅਬ ਸਿਚੁਏਸ਼ਨ ਐਸੀ ਜੇ ਹੈ, ਉਸਕੇ ਤਿੰਨ ਚਾਰ ਮਹੀਨੇ ਸ਼ਿਵਰ ਲੀਏ ਤਾਂ ਉਹ ਤਾਂ ਬਹੁਤ ਖੁਸ਼ ਥੇ, ਕਹਤੇ ਹਮੇ ਤੋ ਹਮ ਤੋ ਦੇਖਤੇ ਹੈ ਕਿ ਇਤਨੇ ਟਰੈਵਲ ਕਰਤੇ ਹੈ, ਕੋਈ ਹਮੇ ਐਸਾ ਪਰਸਨ ਮਿਲੇ ਜਿਸ ਕੋ ਹਮ ਸ਼ਕਤੀ ਪਾਸ ਦੇ ਸਕੇ। ਅੱਛਾ, ਉਸਕੇ ਬਾਅਦ ਠੀਕ ਹੋਣੇ ਲਗਾ। ਫਿਰ ਜਬ ਮੈਂ ਸਤਸੰਗ ਕਰਤੀ ਸੀ, ਮੈਂ ਰਾਧਾ ਸਵਾਮੀ ਕਾ ਨਾਮ ਵੀ ਲਿਆ ਹੋਇਆ ਹੈ ਨਾ, ਅਭਿਆਸਾ ਵਾਲੇ ਗੁਰੂ ਕਾ ਨਾਮ ਲਿਆ, 40 ਹੋ ਗਿਆ, 30 ਗੁਰੂ ਹੋ ਗਏ। ਐਂਡ ਹਾਂਜੀ, ਉਸਕੇ ਬਾਅਦ ਜਬ ਮੈਂ ਸਤਸੰਗ ਕਰਤੀ ਸੀ, 15 ਮਿੰਟ ਬਾਅਦ ਮੈਂ ਸਤਸੰਗ ਕਰਤੀ ਸੀ, ਜ਼ਮੀਨ ਪਰ ਗਿਰ ਜਾਤੀ ਸੀ ਰਾਈਟ। ਜੋ ਗੋਰੇ ਲੋਕ ਹਨ ਉਹ ਐਂਬੂਲੈਂਸ ਬੁਲਾ ਲੈਤੇ, ਹੁਣ ਸਾਥੀ ਕੋਈ ਹਾਰਟ ਅਟੈਕ ਹੋ ਗਿਆ, ਸਟ੍ਰੋਕ ਹੋ ਗਿਆ, ਕਿਸੇ ਕੋਈ ਚੀਜ਼ ਕਾ ਪਤਾ ਨਹੀਂ ਚੱਲਦਾ। ਫਿਰ ਮੈਂ ਸਤਸੰਗ ਤੇ ਜਾਤੀ ਹੂੰ ਤਾਂ ਵਹਾਂ ਗਿਰ ਜਾਤੀ ਹੂੰ, ਜੈਸੇ ਹੀ ਭਗਵਾਨ ਕਾ ਨਾਮ ਸ਼ੁਰੂ ਹੋਤਾ ਹੈ ਮੇਰੀ ਬਾਡੀ ਜ਼ਮੀਨ ਪਰ ਗਿਰ ਜਾਤੀ ਹੈ, ਔਰ ਮੁਝੇ ਪਤਾ ਚਲਤਾ ਹੈ ਕਿ ਮੈਂ ਮਰ ਗਈ ਹੂੰ, ਕਿਉਂਕਿ ਇਤਨੀ ਹਲਕੀ ਹੋਤੀ ਹੈ, ਮੈਂ ਆਪਣੇ ਆਪ ਉੱਠ ਨਹੀਂ ਸਕਦੀ, 3-4 ਪਰਸਨ ਚਾਹੀਏ ਮੇਰੀ ਬਾਡੀ ਕੋ ਉਠਾਨੇ ਕੇ ਲੀਏ। ਅੱਛਾ ਅੱਛਾ, ਮੇਰੀ ਗਰਦਨ ਬਿਲਕੁਲ ਖਾਲੀ ਹੋਤੀ ਹੈ, ਬਿਲਕੁਲ ਕਾਗਜ਼ ਦੀ ਤਰ੍ਹਾਂ ਹਲਕੀ ਹੋਤੀ ਹੈ, ਮੈਂ ਆਪਣੇ ਆਪ ਉੱਠੇ ਸੀ, ਪਰ ਮੁਝੇ ਅੰਦਰ ਸੇ ਜਾਗ ਹੋਤੀ ਹੈ ਕਿ ਮੈਂ ਗਿਰ ਗਈ ਹੂੰ, ਮੁਝੇ ਨਹੀਂ ਪਤਾ ਮੈਂ ਮਰੀ ਪੜੀ ਹੂੰ ਜਹਾਂ ਪਰ ਨਾ, ਆਲੇ ਦੁਆਲੇ ਲੋਕ ਹੋਤੇ ਹੈ, ਉਸਦੀ ਆਵਾਜ਼ ਸੁਣਤੀ ਹੈ ਮੁਝੇ, ਰਾਈਟ, ਜੈਸੇ ਸੁਣ ਮੈਂ ਇਨਸਾਨ ਚਲਾ ਜਾਤਾ ਹੈ। ਉਸਕੇ ਬਾਅਦ ਸ਼ੁਰੂ ਹੋਇਆ ਚੁੜਾ, ਪਰ ਜੇ ਬਾਡੀ ਰੋਲ ਕਰਨੀ ਬੰਦ ਹੋ ਗਈ, ਪਰ ਜਦੋਂ ਗਿਰ ਜਾਤੀ ਹੈ ਬਿਲਕੁਲ ਸ਼ਾਂਤ ਸੁਣ ਬਿਲਕੁਲ ਉਸਮੇ ਚਲ ਜਾਤੀ ਹੂੰ। ਅਬ ਪ੍ਰੋਬਲਮ ਯੇ ਹੈ, ਮੈਂ ਪਾਰਟੀ ਮੈਂ ਜਾਤੀ ਹੂੰ, ਕਿਸੇ ਸ਼ਾਦੀ ਮੈਂ ਜਾਂ ਕੋਈ ਬਾਜ਼ਾਰ ਮੈਂ, ਵਹਾਂ ਕੁਛ ਨਹੀਂ ਹੋਤਾ, ਲੋਕ ਇਤਨੇ ਮੇਰੇ ਪਾਸ ਹੋਤੇ ਹੈ, ਕਿਉਂਕਿ ਡਿਫਰੈਂਟ ਵਾਈਬ੍ਰੇਸ਼ਨ ਹੋਤੀ ਹੈ ਮੇਰਾ ਖਿਆਲ ਮੈਂ। ਪਰ ਇਸ ਦਾ ਜਦੋਂ ਮੈਂ ਟੈਂਪਲ ਜਾਤੀ ਹੂੰ, ਮੰਦਰ ਜਾਤੀ ਹੂੰ, ਗੁਰਦੁਆਰਾ ਜਾਤੀ ਹੂੰ, ਸੱਤ ਮਹੀਨੇ ਸਤਸੰਗ ਜਾਤੀ ਹੂੰ, ਬਸ ਸਤਸੰਗ ਸੁਣਤੇ ਸੁਣਤੇ ਇਕਦਮ ਮੇਰੀ ਬਾਡੀ ਗਿਰ ਜਾਤੀ ਹੈ। ਅਬ ਮੈਂ ਯੇ ਜਾਨਣਾ ਚਾਹਤੀ ਹੂੰ ਕਿ ਜਬ, ਕਿਉਂਕਿ ਹਮਾਰੇ ਬੁੱਕਸ ਮੈਂ ਲਿਖਾ ਹੈ ਹਮਾਰੇ ਸਤਸੰਗ ਮੈਂ, ਕਿ ਜਬ ਸੁਰਤ ਉੱਪਰ ਚੜ੍ਹਤੀ ਹੈ ਤੋ 2.5 ਘੰਟੇ ਕੇ ਮੈਡੀਸ ਬਾਅਦ ਸਰੀਰ ਸੁਣ ਹੋਣਾ ਸ਼ੁਰੂ ਹੋ ਜਾਤਾ ਹੈ,
फिर अच्छा। मैं देखा ब्यास में भी दो लेडीज को वो गिर गई थी, मुझे पता नहीं थी उन्हें उस समय नॉलेज नहीं थी इतना। मैं ये देखती हूँ कि जब 4 घंटे के बाद मेरी बॉडी में एनर्जी वापस आती है, मुझे उस समय रेस्ट चाहिए क्योंकि मैं आपने बैठ नहीं सकती, मैं हिल नहीं सकती, उठ नहीं सकती जी। फिर 4 घंटे में इतनी एनर्जी मेरे में आ जाती है कि ऐसा लगता जैसे कुछ हुआ ही नहीं। अच्छा अच्छा। अब हाँ जी हाँ, अब मैंने मास्टर अपने को, मास्टर जी हमारे आए थे इंडिया से सहरसा से वैंकूवर में, उनको मैंने उनको बुलाया था, उन्होंने सब बताया। मैंने वो मैंने कहा कि मैं ये जानना चाहती हूँ कि मेरी बॉडी जब गिरती है मैं आत्मा को क्यों नहीं देख सकती, वो कहाँ गई, कहाँ ट्रेवल किया उसने। अच्छा अच्छा। और मेरा मेन क्वेश्चन है, आपको कुछ है पता? ऐसा है, ये अलग चीज है, वो अलग चीज है, एस्ट्रल प्रोजेक्शन नहीं है ये। क्या है ये? ये कुछ और चीज है, और जो आप सोच रहे हो वो अलग चीज होती है। फिर मंदिर गुरुद्वारे में क्यों होता है? अगर अगर मैं घर में कीर्तन करती हूँ वो डिफरेंट आनंद आता है, पार्ट तो डिफरेंट, पर जब मैं सत्संग में होती हूँ, जब आप बिल्कुल रिलैक्स हो जाते हो ना, तब ये आपके साथ होता होगा। हाँ जी जी। तो आप मेरी वही मैं आपको बता रहा हूँ, जब आप मंदिर गुरुद्वारे में जाते हो तो आपके जो है वहाँ भगवान के साथ आपका जो है मिलाप हो जाता है, इसलिए ऐसा होता है। हाँ जी जी। तो आपको मेडिटेशन करनी चाहिए। मेडिटेशन हम करते हैं, ध्यान करते हैं, कोई शब्द सुनने के प्रॉब्लम नहीं, वो तो 24 आवर चलता ही रहता है। आपको कैसा लगता है? बट बहुत आनंद आता है मुझे, क्योंकि मेरा जो ऐसा है, मैंने 2 सांस लू ना, मैं जमीन पर गिर पड़ती हूँ, इतनी मेरे चक्कर एकदम एक्टिव हो जाते हैं, खुल जाते हैं, फिर मेरा 3rd eye घूमने लगती है, फिर मेरा चक्र घूमने लगता है, एंजॉय बहुत करती हूँ। आपकी अगर कुंडलिनी जागृत हो गई है ना, तो आप दूर से चीजों को हिलाने की कोशिश कीजिए, आंख बंद कीजिए और किसी चीज को देखने की कोशिश कीजिए। सुनता नहीं है मुझे आपकी बात। मैं ये कह रहा हूँ कि आपकी बात कट रही है। मैं ये कह रहा हूँ अगर आपकी कुंडलिनी जागृत हुई है ना, मैं आपको दोबारा नंबर घुमाऊं कि एवरी सेकंड टाइम घुमाने से ठीक हो जाता है। जी जी।